ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ 2000 ਮੁੱਢਲੀਆਂ ਖੇਤੀ ਕਰਜ਼ਾ ਕਮੇਟੀਆਂ ਨੂੰ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਨਵੀਂ ਦਿੱਲੀ ਵਿੱਚ ਰਿਸਾਈ ਨੇ ਤੇ ਖਾਦ ਮੰਤਰੀ ਮਨਸੂਖ ਮੰਡੀਆਂ ਦੇ ਨਾਲ ਗ੍ਰਹਿ ਅਤੇ ਸਹਿਕਾਰੀਤਾ ਮੰਤਰੀ ਅਮਿਤ ਸ਼ਾ ਵਿਚਾਲੇ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਸਾਲ ਅਗਸਤ ਤੱਕ 1000 ਅਤੇ ਦਸੰਬਰ 2023 ਤੱਕ 1000 ਹੋਰ ਜਨ ਔਸ਼ਧੀ ਕੇਂਦਰ ਖੋਲੇ ਜਾਣਗੇ। ਇਸ ਨਾਲ ਇਨ੍ਹਾਂ ਕਮੇਟੀਆਂ ਦੀ ਆਮਦਨ ਵਧੇਗੀ ਅਤੇ ਪਿੰਡੂ ਖੇਤਰਾ ਵਿੱਚ ਰੋਜ਼ਗਾਰ ਦੇ ਕੇ ਵਧਣ ਗਏ ਅਤੇ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲਬਧ ਹੋਣ ਗਈਆਂ ਹੁਣ ਦੇਸ਼ ਭਰ ਵਿੱਚ 9400 ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲੇ ਜਾ ਚੁੱਕੇ ਨੇ ਇਹਨਾਂ ਕੇਂਦਰਾਂ ਵਿੱਚ 1800 ਦਵਾਈਆਂ ਅਤੇ 285 ਹੋਰ ਚਿਕਿਤਸਾ ਉਪਕਰਨ ਉਪਲਬਧ ਨੇ